ਜੁੜੇ ਹੋਏ ਨਾਨਕਾ ਦੇ ਇਹਨਾਂ ਨੇ ਵਰਕਰਾਂ ਨਾਲ ਸਲਾਹ ਨਾ ਕਰ ਕੀਤੀ ਹੈ ਤਿਕੜੇ ਪਾਰਟੀ ਦਾ ਬੰਦਾ ਲਿਆ ਕੇ ਸਾਡੀ ਸੀਟ ਤੇ ਬਿਠਾ ਦਿਆ, ਇਹਨਾਂ ਦਾ ਬਾਪ ਤੇ ਨੌਕਰ ਆਈ ਕਿੱਦਾਂ ਕਰੇ ਪਾਰਟੀ ਦਾ ਬੰਦਾ ਲੈ ਕੇ ਸਾਡੀ ਸੀਟ ਤੋਂ ਅੱਜ ਇੱਥੇ ਮੀਟਿੰਗ ਰੱਖੀ ਗਈ ਸਾਹਿਬ ਨੂੰ ਤਾਂ ਬੁਲਾਇਆ ਸੀਗਾ ਵੀ ਤੁਸੀਂ ਸੋਚ ਵਿਚਾਰ ਕਰੋ ਵੀ ਇਹ ਟਿਕਟ ਤੇ ਵਿਚਾਰ ਕੀਤੀ ਜਾਵੇ। ਰਾਜਾ ਵੜਿੰਗ ਜੀ ਨੂੰ ਤਾਂ ਹੀ ਬੁਲਾਇਆ ਗਿਆ ਸੀ ਜਿਹੜੇ ਡਾਕਟਰ ਧਰਮਵੀਰ ਗਾਂਧੀ ਨੇ ਉਹਨਾਂ ਨੂੰ ਪਹਿਲਾਂ ਆਮ ਆਦਮੀ ਪਾਰਟੀ ਨੇ ਜਿੱਤੇ ਆਏ ਸੀ, ਅਸੀਂ ਵੀ ਪਾਈਆਂ ਸੀ ਵੋਟਾਂ ਉਸ ਟਾਈਮ ਤੇ, ਉਦੋਂ ਬਾਅਦ ਸਾਡੇ ਦੀ ਪਰਚੇ ਦਰਜ ਕਰਾਏ ਉਹਨਾਂ ਨੇ ਧਰਮਵੀਰ ਗਾਂਧੀ। 1.5 ਸਾਲ ਨਹੀਂ ਰਹੇ, ਦੇਖੋ ਉਹ ਬੰਦਾ 5 ਸਾਲ ਗਾਇਬ ਰਿਹਾ ਜੀ, ਉਸ ਤੋਂ ਬਾਅਦ ਹੁਣ ਉਹਨੇ ਟਿਕਟ ਲੈ ਲਈ, ਟਿਕਟ ਲੈਣ ਤੋਂ ਬਾਅਦ ਉਹ ਮੈਂ ਗਰੰਟੀ ਦਿੰਦਾ ਬੀਜੇਪੀ 'ਚ ਜਾਊਗਾ ਜੀ, ਪਹਿਲੇ ਨੰਬਰ ਤੇ ਤਾਂ ਜਿੱਤ ਦਾ ਦੇਖਦਾ ਹਲਕਾ ਸਤਰਾਲੇ ਤੋਂ ਮੈਂ ਹਰਦਿਆਲ ਸਿੰਘ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ, ਅਸੀਂ ਕੋਈ ਕਾਂਗਰਸ ਪਾਰਟੀ ਨਾਲ ਨਹੀਂ ਖੜੇ, ਅਸੀਂ ਹਰਦਿਆਲ ਸਿੰਘ ਕੰਬੋਜ ਜੀ ਨਾਲ ਖੜੇ ਹਾਂ। ਕੰਬੋਜ ਜੀ ਨੂੰ ਟਿਕਟ ਦਿੰਦੇ ਨੇ ਤਾਂ 100% ਗਰੰਟੀ ਦਿੰਦੇ ਜਿੱਤ ਕੇ ਝੋਲੀ 'ਚ ਪਾਵਾਂਗੇ, ਨਹੀਂ ਆ ਜੇ ਟਿਕਟ ਡਾਕਟਰ ਬਲਵੀਰ ਸਿੰਘ ਸਿੱਧੂ ਜਿੱਤੂਗਾ, ਜੇ ਨਾ ਜਿੱਤੇਗਾ ਮੇਰਾ ਗੱਲ ਦੱਸ ਦਿਓ ਕਿਸੇ ਮਰਜ਼ੀ ਚੌਂਕ। ਹਾਈ ਕਮਾਂਡ ਦਾ ਕਹਿ ਰਹੇ ਵੀ ਹਾਈ ਕਮਾਂਡ ਨੇ ਜਿਹੜਾ ਫੈਸਲਾ ਹਾਈ ਕਮਾਂਡ ਨੂੰ ਬੇਨਤੀ ਕਰਦੇ ਆ, ਹਾਈ ਕਮਾਂਡ ਨੂੰ ਬੇਨਤੀ ਕਰਦੇ ਆ ਇਹਨਾਂ ਵਰਕਰਾਂ ਨੂੰ ਜੁੜੇ ਹੋਏ ਨਾਨਕਾ ਦੇ ਇਹਨਾਂ ਨੇ ਵਰਕਰਾਂ ਨੂੰ ਸਲਾਹ ਨਾ ਕਰ ਦਿੱਤੀ ਹੈ, ਟਿਕਟ ਪਾਰਟੀ ਦਾ ਬੰਦਾ ਲੈ ਕੇ ਸਾਡੀ ਸੀਟ ਤੇ ਬਿਠਾ ਦਿਆ, ਇਹਨਾਂ ਦਾ ਬਾਪ ਤੇ ਨੌਕਰ ਆਈ ਕਿੱਦਾਂ ਕਰੇ ਪਾਰਟੀ ਦਾ ਬੰਦਾ ਲੈ ਕੇ ਸਾਡੀ ਸੀਟ ਤੋਂ ਅੱਜ ਇੱਥੇ ਮੀਟਿੰਗ ਰੱਖੀ ਗਈ ਸਾਹਿਬ ਨੂੰ ਤਾਂ ਬੁਲਾਇਆ ਸੀਗਾ ਵੀ ਤੁਸੀਂ ਸੋਚ ਵਿਚਾਰ ਕਰੋ ਟਿਕਟ ਤੇ ਵਿਚਾਰ ਕੀਤੀ ਜਾਵੇ। ਰਾਜਾ ਵੜਿੰਗ ਜੀ ਨੂੰ ਤਾਂ ਹੀ ਬੁਲਾਇਆ ਗਿਆ ਸੀ ਜਿਹੜੇ ਡਾਕਟਰ ਧਰਮਵੀਰ ਗਾਂਧੀ ਨੇ ਉਹਨਾਂ ਨੂੰ ਪਹਿਲਾਂ ਆਮ ਆਦਮੀ ਪਾਰਟੀ ਨੇ ਜਿੱਤੇ ਆਏ ਸੀ, ਅਸੀਂ ਵੀ ਪਾਈਆਂ ਸੀ ਵੋਟਾਂ ਉਸ ਟਾਈਮ ਤੇ, ਉਦੋਂ ਬਾਅਦ ਸਾਡੇ ਦੀ ਪਰਚੇ ਦਰਜ ਕਰਾਏ ਉਹਨਾਂ ਨੇ ਧਰਮਵੀਰ ਗਾਂਧੀ। 1.5 ਸਾਲ ਨਹੀਂ ਰਹੇ, ਦੇਖੋ ਉਹ ਬੰਦਾ 5 ਸਾਲ ਗਾਇਬ ਰਿਹਾ ਜੀ, ਉਸ ਤੋਂ ਬਾਅਦ ਹੁਣ ਉਹਨੇ ਟਿਕਟ ਲੈ ਲਈ, ਟਿਕਟ ਲੈਣ ਤੋਂ ਬਾਅਦ ਉਹ ਮੈਂ ਗਰੰਟੀ ਦਿੰਦਾ ਬੀਜੇਪੀ 'ਚ ਜਾਊਗਾ ਜੀ, ਪਹਿਲੇ ਨੰਬਰ ਤੇ ਤਾਂ ਜਿੱਤ ਦਾ ਦੇਖਦਾ ਹਲਕਾ ਸਤਰਾਲੇ ਤੋਂ ਮੈਂ ਹਰਦਿਆਲ ਸਿੰਘ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ, ਅਸੀਂ ਕੋਈ ਕਾਂਗਰਸ ਪਾਰਟੀ ਨਾਲ ਨਹੀਂ ਖੜੇ, ਅਸੀਂ ਹਰਦਿਆਲ ਸਿੰਘ ਕੰਬੋਜ ਜੀ ਨਾਲ ਖੜੇ ਕੰਬੋਜ ਜੀ ਨੂੰ ਟਿਕਟ ਦਿੰਦੇ ਨੇ ਤਾਂ 100% ਗਰੰਟੀ ਦਿੰਦੇ ਜਿੱਤ ਕੇ ਝੋਲੀ 'ਚ ਪਾਵਾਂਗੇ, ਨਹੀਂ ਆ ਜੇ ਟਿਕਟ ਡਾਕਟਰ ਬਲਵੀਰ ਸਿੰਘ ਸਿੱਧੂ ਜਿੱਤੂਗਾ, ਜੇ ਨਾ ਜਿੱਤੇਗਾ ਮੇਰਾ ਗੱਲ ਦੱਸ ਦਿਓ ਕਿਸੇ ਮਰਜ਼ੀ ਚੌਂਕ। ਹਾਈ ਕਮਾਂਡ ਦਾ ਕਹਿ ਰਹੇ ਵੀ ਹਾਈ ਕਮਾਂਡ ਨੇ ਜਿਹੜਾ ਫੈਸਲਾ ਹਾਈ ਕਮਾਂਡ ਨੂੰ ਬੇਨਤੀ ਕਰਦੇ ਹਾਈ ਕਮਾਂਡ ਨੂੰ ਬੇਨਤੀ ਕਰਦੇ।